ਪੀੜ੍ਹੀਆਂ ਦੇ ਵਿੱਚ ਇਹ ਸਾਡੀ ਜਿਹੜੀ ਨੈਕਸਟ ਟੂ ਨੈਕਸਟ ਜਨਰੇਸ਼ਨ ਹੈ ਜਾਂਦਾ ਰਹਿਣਾ। ਸੋ ਸਰਕਾਰ ਹਰ ਹੀਲੇ ਜੋ ਇੱਥੇ ਕੁਛ ਜ਼ਰੂਰਤਾਂ ਵੀ ਨੇ ਉਹਨਾਂ ਨੂੰ ਅਸੀਂ ਪੂਰਾ ਕਰਾਂਗੇ 100%। ਅਤੇ ਬਹੁਤ ਮੈਂ ਵਧਾਈ ਦਿੰਦੀ ਹਾਂ ਸਾਰੀ ਟੀਮ ਨੂੰ, ਬੜੇ ਹੀ ਮਿਹਨਤ ਦੇ ਨਾਲ ਅਤੇ ਦਿਲ ਦੇ ਨਾਲ, ਦਿਲ ਤੋਂ ਇਹ ਜਿਹੜਾ ਕੰਮ ਕਾਰ ਸਾਰਾ ਨਿਬੇੜਿਆ ਜਾ ਰਿਹਾ ਅਤੇ ਅੱਜ ਅਸੀਂ ਇਸ ਮੌਕੇ ਉੱਤੇ ਪਹੁੰਚੇ ਹਾਂ ਅਤੇ ਜ਼ਰੂਰ ਜਿਹੜੀਆਂ ਵੀ ਇੱਥੇ ਕੁਛ ਜ਼ਰੂਰਤਾਂ ਰਹਿੰਦੀਆਂ ਨੇ ਉਹਨੂੰ ਪੂਰਾ ਕਰਾਂਗੇ। ਇਹ ਪੂਰਾ ਕਦੋਂ ਕਰੋਗੇ? ਕਾਫੀ ਸਮੇਂ ਤੋਂ ਗ੍ਰਾਂਟ ਨਹੀਂ ਆਈ ਹੈਗੀ ਇਸ ਇੰਸਟੀਚਿਊਟ। ਨਹੀਂ ਆਪਾਂ ਕਰਾਂਗੇ ਜੀ, ਕਰਾਂਗੇ ਜਦੋਂ ਕਰਨ ਦਾ ਇਰਾਦਾ ਆ ਜਾਵੇ, ਜਦੋਂ ਤੁਸੀਂ ਕਰਨਾ ਹੋਵੇ ਤੇ 100% ਇੱਥੇ ਕੁਛ ਸੋਲਰ ਪਲਾਂਟ। ਕਿ ਸੰਗੀਤ ਦਾ ਤੁਸੀਂ ਖੁਦ ਨਰਵੇਸ ਦੇ ਹੋ, ਪਰ ਹੁਣ ਇਸ ਇੰਸਟੀਚਿਊਟ ਬਾਰੇ ਵੀ ਕੁਝ ਸੋਚੋ ਵੀ ਕਾਫੀ ਦੇਰ ਤੋਂ। ਨਹੀਂ ਜੀ, ਹੁਣ ਤੁਹਾਨੂੰ ਰਿਜ਼ਲਟ ਮਿਲੂਗਾ। ਹੁਣ ਅਸੀਂ ਅੱਜ ਇੱਥੇ ਪਹੁੰਚੇ ਆ, ਵਾਰੀ-ਵਾਰੀ ਸਾਰੇ ਕੰਮਕਾਜਾਂ ਤੇ ਲੱਗੇ ਆ, ਸਰਕਾਰ ਬਣੀ ਨੂੰ ਕੁਝ ਸਮਾਂ ਹੋਇਆ ਤੇ ਜਿਹੜੀਆਂ ਵੀ ਇੱਥੇ ਡਿਮਾਂਡਸ ਹੈਗੀਆਂ ਨੇ ਉਹ ਮੈਂ ਅੱਜ ਜ਼ਰੂਰ ਅਨਾਊਂਸ ਕਰਕੇ ਜਾਊਂਗੀ। ਅੱਛਾ, ਇੱਕ ਪੰਜਾਬ ਵਿੱਚ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ ਕੀ ਕਰ ਰਹੇ ਹੋ ਜੀ ਤੁਸੀਂ? ਦੇਖੋ, ਪੰਜਾਬ ਦੇ ਵਿੱਚ ਕੱਲ੍ਹ ਸਾਡੀ CM ਸਾਹਿਬ ਨਾਲ ਮੀਟਿੰਗ ਹੋਈ ਪੂਰੀ। ਅਸੀਂ ਉਹਨਾਂ ਅੱਗੇ ਐਡਵੈਂਚਰਸ ਟੂਰਿਜ਼ਮ ਅਤੇ ਵਾਟਰ ਟੂਰਿਜ਼ਮ ਦੀ ਜਿਹੜੀ ਨੀਤੀ ਆ ਉਹ ਪੇਸ਼ ਕੀਤੀ, ਪੋਲਿਸੀ ਬੜੀ ਜਲਦੀ, ਜਿਹੜੀ ਪਾਣੀ ਉੱਤੇ ਜਿਹੜਾ ਜਿੰਨੇ ਵੀ ਸਾਡੇ, ਕਿਉਂਕਿ ਦਰਿਆਵਾਂ ਦੀ ਧਰਤੀ ਹੈ ਅਤੇ ਦਰਿਆਵਾਂ ਨੂੰ ਜੇ ਖੂਬਸੂਰਤ ਅਤੇ ਉਹਨਾਂ ਉੱਤੇ ਉਹੋ ਜਿਹੀਆਂ ਵਾਟਰ ਸਪੋਰਟਸ, ਐਡਵੈਂਚਰ ਸਪੋਰਟਸ ਬਣਾਈਆਂ ਜਾਣ, ਤਾਂ ਉਹਦੇ ਲਈ ਅਸੀਂ ਪੂਰੀ ਦੀ ਪੂਰੀ ਪੋਲਿਸੀ ਰੈਡੀ ਕੀਤੀ ਹੈ ਮਹਿਕਮੇ ਨੇ ਅਤੇ CM ਸਾਹਿਬ ਨੂੰ ਬਹੁਤ ਪਸੰਦ ਆਈ। ਜਲਦੀ ਉਹਦਾ ਜਿਹੜਾ ਅਸੀਂ ਲੋਕਾਂ ਦੇ ਅੱਗੇ ਰੱਖਾਂਗੇ ਅਤੇ ਯਕੀਨ ਰੱਖਿਓ ਵੀ 5 ਸਾਲਾਂ ਦੇ ਵਿੱਚ ਪੰਜਾਬ 'ਚ ਚਹਿਲ ਪਹਿਲ ਕਰਵਾ ਦਾਂਗੇ, ਰੌਣਕ ਮੇਲਾ ਲਾ ਦਾਂਗੇ ਅਤੇ ਪੰਜਾਬ ਦੀ ਇੰਨੀ ਕੁ ਪੋਟੈਂਸ਼ੀਅਲ ਆ ਨਾ ਟੂਰਿਜ਼ਮ ਦੀ, ਜਿੱਥੇ ਸਾਡਾ ਅੱਜ ਰਿਲੀਜੀਅਸ ਟੂਰਿਜ਼ਮ ਬਹੁਤ ਹਾਈ ਹੈ। ਅੰਮ੍ਰਿਤਸਰ ਸਾਹਿਬ ਦੇ ਵਿੱਚ ਲੱਖਾਂ ਦੀ ਗਿਣਤੀ 'ਚ 50-60 ਹਜ਼ਾਰ ਬੰਦਾ ਡੇਲੀ ਦਾ ਜਿਹੜਾ ਸ਼ਰਧਾਲੂ ਆਉਂਦਾ ਅਤੇ ਜੇ ਕਿਤੇ ਅਸੀਂ ਉਹ ਸਰਕੂਲੇਟ ਜਿੰਨੇ ਸਾਡੇ ਕਿਲੇ ਨੇ, ਪੈਲਸਸ ਨੇ, ਜਿਹੋ ਜਿਹਾ ਸਾਡਾ ਹੈਰੀਟੇਜ ਹੈ, ਸਾਡਾ ਖੂਬਸੂਰਤ ਪਹਿਰਾਵਾ, ਨਾਚ ਗੀਤ ਸੰਗੀਤ, ਸਾਡਾ ਖਾਣਾ, ਜਿਸ ਹਰ ਚੀਜ਼ ਨੂੰ ਅਸੀਂ ਦੁਨੀਆ ਨੂੰ ਦਿਖਾ ਦਈਏ, ਦਿਖਾਉਣ ਦੀ ਲੋੜ ਸੀ, ਐਡਵਰਟ ਕਿਤੇ ਨਾ ਕਿਤੇ ਇਹਨੂੰ ਪ੍ਰਮੋਟ ਨਹੀਂ ਕੀਤਾ ਗਿਆ ਪੰਜਾਬ ਦੇ ਵਿੱਚ। ਪਿਛਲੀ ਸਰਕਾਰ ਵਿੱਚ ਟੂਰਿਜ਼ਮ ਸਰਕਟ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਲੇਕਿਨ ਉਹ ਕਾਗਜ਼ਾਂ ਵਿੱਚ ਹੀ ਰਹਿ ਗਿਆ। ਨਹੀਂ, ਅਸੀਂ ਉਹ ਬਣਾ ਰਹੇ ਹਾਂ ਜੀ, ਅਸੀਂ ਤੇ ਦਿਲੋਂ ਜਾਣ ਨਾਲ ਲੱਗੇ ਹੋਏ ਹਾਂ, ਕਿਉਂਕਿ ਜਿੰਨੀ ਦੇਰ ਪੰਜਾਬ ਚ ਟੂਰਿਜ਼ਮ ਡਿਵੈਲਪ ਨਹੀਂ ਹੁੰਦਾ, ਇੱਕ ਟੂਰਿਜ਼ਮ ਇਹੋ ਜਿਹਾ ਸੈਕਟਰ ਆ ਜਿਹੜਾ ਨੌਕਰੀਆਂ ਵੀ ਬਹੁਤ ਦਿੰਦਾ, ਜਿਹੜਾ ਇਕਨੋਮੀ ਨੂੰ ਵੀ ਗਰੋਥ ਦਿੰਦਾ ਅਤੇ ਜਿਹੜਾ ਲੋਕਾਂ ਦੇ ਵਿੱਚ ਖੁਸ਼ੀ ਭਰਦਾ। ਅਸੀਂ ਕਿਉਂ ਆਪਣਾ ਹੱਦਾਂ ਟੱਪ ਕੇ ਬਾਹਰਲੇ ਸੂਬਿਆਂ 'ਚ ਜਾਓ, ਪਰ ਆਪਦੇ ਸੂਬੇ ਨੂੰ ਬੜਾ ਸੋਹਣਾ ਬਣਾਇਆ ਜਾ ਸਕਦਾ, ਬੜਾ ਕੁਛ ਕੀਤਾ ਜਾ ਸਕਦਾ। ਇੱਕ ਸਵਾਲ ਹੋ ਰਿਹਾ, ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਸਾਈਨ ਬੋਰਡ ਦਾ ਐਲਾਨ ਕੀਤਾ ਹੋਇਆ, 21 ਫਰਵਰੀ ਨੇੜੇ ਆ ਰਹੀ ਹੈ। ਹਾਂਜੀ, ਹਜੇ ਤੱਕ ਮੈਨੂੰ ਕੋਈ ਲੱਗਦਾ ਨਹੀਂ ਗਾ ਵੀ ਸਾਈਨ ਬੋਰਡ ਪੰਜਾਬੀ 'ਚ ਹੋ ਗਏ ਹੋਣ। ਨਹੀਂ ਨਹੀਂ, ਉਹ ਸਾਡੇ ਵੱਲੋਂ ਦੇਸ਼ ਜਿਹੜੇ ਲਿਖਤੀ ਰੂਪ 'ਚ ਜਾਰੀ ਕੀਤੇ ਗਏ ਨੇ ਹਰ ਇੱਕ ਮਹਿਕਮੇ ਦੇ, ਅਤੇ ਸਾਈਨ ਐਕਸ਼ਨ ਨਹੀਂ ਸ਼ੁਰੂ ਹੋਇਆ ਅਜੇ? ਨਹੀਂ, ਐਕਸ਼ਨ ਹੋਊਗਾ ਜੀ, ਸ਼ੁਰੂ ਹੋਊਗਾ।